बहुत मुश्किल आई है कि चौथे दिन साढ़े पैप भर जाते, पैप बिल्कुल उन्होंने 8 इंच के पैप पाए ने, वे पैप पाते तो पानी जाता गोली वाले, तो बहुत मुश्किल वा। दूजी गल ये सानू पहले नहीं उन्होंने दसिया कि अं पैप पाने तो फ्री पैने, पहला फ्री पे आते फ्री पाने, हूँ वह पैप पै गए कि सड़क ही बन गई है, तो 1400-1400 रुपया साढ़े को घर परती ला गए घर वाले आए हैं, उन्होंने बहुत साढ़े गल च बूठा दे के खड़े ने, उधरों काम बहुत डाउन ही, दिहाड़ी वाले रेहड़ी लाते सब्जियां लाते, कोई कुछ करता कोई कुछ करता, बहुत औखी जान करके इन्होंने अड़ी दे नाल इन्होंने साढ़े को पैसे, कोई तुहाडा कोई जाओगे किते सरकार दे घर च पैसे ना दोगे तुहाडा काम ना होगा, तुहाडे पानी बंद करन वाले भी आए नाल, उन्होंने पानी बंद करने वाले नाल आए ने, इस डर के नाल लोगों ने पैसे दिते 1400-1400 रुपया लैके गए, रोज ही आते रोज आते चिक्कड़ हो जाएगा, सुथना चुक चुक के इन्नी गंदगी वाला लोगों का पानी बाहर आंदा, हथां नाल चुक चुक के हथां नाल गंद उन्हां नाल ही रोटियां पकाउने, उन्हां हथां नाल ही अहीं गंद चुकने, बीमारी फैलन दे बच्चे निके निके न्याणे बेचारियां गवांढियां दे भी अपने भी, ਸਾਡੇ ਕੋਲ ਇੰਨਾ ਨਹੀਂ ਨਰਕ ਚੁੱਕਿਆ ਜਾਂਦਾ ਲੋਕਾਂ ਦਾ, ਕਮੇਟੀ ਘਰ ਵਾਲੇ ਵੇਖਣ ਵਾਲੇ ਆਏ ਨੇ, ਉਹ ਇਦਾਂ ਹੀ ਵੇਖ ਕੇ ਤੇ ਉਹ ਹੂੰ ਜਾਂਦੇ ਰਹੇ ਵੇਖਣ ਵਾਲੇ, ਤੇ ਪਾਣੀ ਗਲੀ ਦੇ ਵਿੱਚੋਂ ਨਹੀਂ ਉਹ ਹੁਣ ਸਾਡਾ ਇੰਦਾ ਹੀ ਜਦੋਂ ਬੋਟਾ ਲੈਣ ਨੂੰ ਦੇ ਅੰਦਰ ਆ ਕਿਉਂ ਵਰਦੇ ਨੇ, ਹੁਣ ਕੋਈ ਪੁੱਛਦਾ ਹੀ ਜਿਹੜੇ ਤਗੜੇ ਲੋਕ ਨੇ ਉਹਨਾਂ ਦੇ ਪੈਸੇ ਲਾ ਖੜੇ, ਸਾਡੇ ਮਾੜੀਆਂ ਗਰੀਬਾਂ ਦੇ ਕੋਈ ਪੈਸਾ ਨਹੀਂ ਲਾਉਂਦਾ ਮਾਈਆਂ ਬੁੱਢੀਆਂ ਦਾ, ਦੇਖੋ ਇਹਦੇ ਸੰਬੰਧ ਵਿੱਚ ਆਪ ਜੀ ਵੱਲੋਂ ਮੇਰੇ ਧਿਆਨ ਦੇ ਵਿੱਚ ਇਹ ਲਿਆਂਦਾ ਗਿਆ ਵਾ ਕਿ ਵਾਰਡ ਨੰਬਰ 11 ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ, ਕੋਈ ਜਿਹੜਾ ਸੀਵਰੇਜ ਦਾ ਜਾਂ ਜਿਹੜਾ ਹੋਰ ਕੋਈ ਵੇਸਟ ਵਾਟਰ ਹੈ ਉਹ ਗਲੀਆਂ ਦੇ ਵਿੱਚ ਫਿਰ ਰਿਹਾ, ਉਹਦੇ ਵਿੱਚ ਇਹ ਮੇਰੇ ਵੱਲੋਂ ਹੁਣੇ ਐਸ ਡੀ ਓ ਵਾਟਰ ਸਪਲਾਈ ਸੀਵਰੇਜ ਬੋਰਡ ਵਾਲਿਆਂ ਨਾਲ ਕੰਟੈਕਟ ਕੀਤਾ ਗਿਆ, ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਦੇ ਵਿੱਚ ਜਿਹੜਾ ਛੱਪੜ ਹੈਗਾ ਉਹਦੇ ਵਿੱਚ ਜਿਹੜੀ ਇੱਕ ਜਾਲੀ ਲੱਗਣ ਵਾਲੀ ਹੈ ਜਾਂ ਖੇਤ ਦੇ ਜਿਹੜੇ ਵਾਸੀ ਹੈਗੇ ਉਹਨਾਂ ਵੱਲੋਂ ਜਿਹੜਾ ਪਲਾਸਟਿਕ ਦੇ ਲਿਫਾਫੇ ਵਗੈਰਾ ਹੈਗੇ ਉਹ ਵੀ ਸੀਵਰੇਜ ਦੇ ਵਿੱਚ ਸੁੱਟ ਦਿੱਤੇ ਜਾਂਦੇ, ਜਿਹਦੇ ਕਰਕੇ ਇਹ ਜਿਹੜੀ ਆ ਸਮੱਸਿਆ ਆ ਰਹੀ ਹੈ, ਅਤੇ ਐਸ ਡੀ ਓ ਸਾਹਿਬ ਨਾਲ ਮੈਂ ਸੰਪਰਕ ਕੀਤਾ ਸੀ, ਉਹਨਾਂ ਨੂੰ ਉਹਨਾਂ ਵੱਲੋਂ ਦੱਸਿਆ ਗਿਆ ਕਿ ਮੈਂ ਐਗਜੈਕਟ ਇਹਦੇ ਵਾਸਤੇ ਮਤਲਬ ਇਹਦੀ ਜੋ ਵੀ ਇਸ ਸਮੱਸਿਆ ਦਾ ਜਿਹੜਾ ਕੋਈ ਹੱਲ ਹੈਗਾ ਇਹਦਾ ਹੁਣੇ ਮਤਲਬ ਜਾਂ ਅੱਜ ਹੀ ਜਾਂ 1-2 ਦਿਨਾਂ ਦੇ ਵਿੱਚ ਵਿੱਚ ਉਹਦਾ ਪਤਾ ਲਾ ਕੇ ਉਹ ਦੱਸ ਦਿੱਤਾ ਜਾਊਗਾ, ਉਹਦੇ ਹਿਸਾਬ ਦੇ ਨਾਲ ਜੋ ਵੀ ਬਣਦੀ ਕਾਰਵਾਈ ਜਿਹੜੀ ਹੈਗੀ ਆ ਇਸ ਮੁਸ਼ਕਲ ਤੋਂ ਹੱਲ ਵਾਸਤੇ ਉਹ ਕਰ ਦਿੱਤੀ ਜਾਊਗੀ। ਬਿਲਕੁਲ ਜੀ, ਇਹ ਜਿਹੜੀ ਫੀਸ ਹੈ ਵਾਟਰ ਸਪਲਾਈ ਸੀਵਰੇਜ ਬੋਰਡ ਵੱਲੋਂ ਨਿਰਧਾਰਿਤ ਕੀਤੀ ਗਈ ਹੈ, ਸਾਰੇ ਜਿਹੜੇ ਜਿਹੜਾ ਸੀਵਰੇਜ ਜਿਹੜਾ ਨਵਾਂ ਪਿਆ ਹੋਇਆ ਉਹਦੇ ਵਿੱਚ ਇਹ ਹੈ ਇਹਦਾ ਕਨੈਕਸ਼ਨ ਕਰਵਾਉਣ ਵਾਸਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਆਖਿਆ ਗਿਆ, ਅਤੇ ਇਹ ਜਿਹੜੀ 1400 ਰੁਪਈਆ ਜਿਹੜੀ ਫੀਸ ਹੈ ਇਹ ਉਹਨਾਂ ਵੱਲੋਂ ਹੀ ਕਲੈਕਟ ਕੀਤੀ ਜਾਂਦੀ ਹੈ, ਇਹ ਵਾਟਰ ਸਪਲਾਈ ਸੀਵਰੇਜ ਮਹਿਕਮੇ ਵੱਲੋਂ ਹੀ ਫਿਕਸ ਕੀਤੀ। ਦੇਖੋ ਅੱਜ ਤੁਸੀਂ ਹੁਣੇ ਮੇਰੇ ਧਿਆਨ 'ਚ ਲਿਆਂਦਾ ਵਾ, ਮੈਂ ਉਸੇ ਵੇਲੇ ਐਸ ਡੀ ਓ ਵਾਟਰ ਸਪਲਾਈ ਸੀਵਰੇਜ ਬੋਰਡ ਵਾਲਿਆਂ ਨੂੰ ਕਹਿ ਦਿੱਤਾ, ਅੱਜ ਵੀ ਜੇ ਤਕਲਾਂ ਤੱਕ ਦੱਸ ਦਿੰਦੇ ਜਾਂ ਕੱਲ੍ਹ ਨੂੰ ਵੀ ਪਤਾ ਕਰਕੇ ਇਹਦਾ ਜੋ ਵੀ ਹੱਲ ਹੋਊਗਾ ਉਹ ਤੁਰੰਤ ਕਰਨ ਦੀ ਕੋਸ਼ਿਸ਼ ਕੀਤੀ ਜਾਊ ਜਾਂ ਕਰਵਾ ਦਿੱਤਾ ਜਾਊ।